ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ। ਸੋ ਗਾਈਜ਼, ਲੈ ਕੇ ਆ ਗਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ, ਜਿਸ ਵਿੱਚ ਤੁਹਾਨੂੰ ਦੱਸਾਂਗੇ ਕਿ ਪਲੇਨ ਸੂਟਾਂ 'ਤੇ ਤੁਸੀਂ ਕਢਾਈ ਕਰਵਾ ਕੇ ਉਹਨਾਂ ਨੂੰ ਕਿੱਦਾਂ ਡਿਜ਼ਾਇਨ ਕਰ ਸਕਦੇ ਹੋ। ਸੂਟਾਂ ਨੂੰ ਦੇਖ ਸਕਦੇ ਹੋ ਗਾਈਜ਼, ਇਹ ਡਿਜ਼ਾਇਨ 'ਚ ਕਿੰਨਾ ਪਿਆਰਾ ਵਰਕ ਹੈ, ਗਲੇ ਦਾ ਵਰਕ ਹੈ, ਘੇਰੇ ਦਾ ਵਰਕ ਹੈ, ਚਾਕਾਂ ਦਾ ਵਰਕ ਹੈ। ਤੁਸੀਂ ਚਾਕ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਸਕਦੇ ਹੋ, ਲੈਂਥ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਸਕਦੇ ਹੋ। ਬੁਟੀਕ ਵਰਕ ਹੈ ਗਾਈਜ਼, ਖੁਦ ਅਸੀਂ ਆਪਣੀ ਮਸ਼ੀਨ ਨਾਲ ਤਿਆਰ ਕੀਤਾ ਹੈ। ਸਫਾਈ ਦੇਖ ਸਕਦੇ ਹੋ, ਬਹੁਤ ਪਿਆਰਾ ਕਲਰ ਹੈ, ਮਹਿਰੂਨ ਕਲਰ ਹੈ ਗਾਈਜ਼, ਤਿੱਲਾ ਗਾ ਐਂਡ ਗ੍ਰੀਨ ਜਿਹਾ ਕਲਰ ਹੈ ਥੋੜ੍ਹਾ ਥੋੜ੍ਹਾ ਪੱਤੀਆਂ 'ਚ। ਐਂਡ ਇਸ ਤੋਂ ਬਾਅਦ ਦੇਖ ਸਕਦੇ ਹੋ ਗਾਈਜ਼, ਆਹ ਵੀ ਬਹੁਤ ਸੋਹਣਾ ਕਲਰ ਹੈ, ਬਹੁਤ ਸੋਹਣਾ ਔਰੇਂਜ ਕਲਰ ਲੱਗਿਆ ਹੋਇਆ, ਮੂੰਗੀਆ ਜਿਹਾ ਕਲਰ ਲੱਗਿਆ ਹੋਇਆ ਅਤੇ ਆਫ ਵਾਈਟ ਕਲਰ ਲੱਗਿਆ ਹੋਇਆ ਗਾਈਜ਼। ਤਿੰਨ ਸੂਟ ਨੇ ਗਾਈਜ਼ ਇੱਕੋ ਨਾਲ ਦੇ, ਦੇਖ ਸਕਦੇ ਹੋ ਵੀਡੀਓ ਵਿੱਚ, ਬਹੁਤ ਪਿਆਰੇ ਕਲਰ ਨੇ, ਬਹੁਤ ਪਿਆਰੇ ਸੂਟ ਨੇ ਗਾਈਜ਼। ਬੇ ਇਹ ਪਿੰਕ ਕਲਰ ਆ ਗਿਆ ਗਾਈਜ਼। ਸੋ ਗਾਈਜ਼ ਦੇਖ ਸਕਦੇ ਹੋ, ਬਹੁਤ ਸੋਹਣੇ ਸੋਹਣੇ ਕਲਰ ਨੇ ਇਹਨਾਂ ਵਿੱਚ। ਇਹ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਲਰ ਚੇਂਜ ਕਰਵਾ ਸਕਦੇ ਹੋ, ਆਪਣੇ ਕਲਰ ਅਕੋਰਡਿੰਗ ਕਰ ਸਕਦੇ। ਇਸ ਤੋਂ ਬਾਅਦ ਗਾਈਜ਼ ਗਲੇ ਦਾ ਵਰਕ ਹੈ, ਗਲੇ 'ਤੇ ਵਰਕ ਹੈ ਅਤੇ ਚਾਕਾਂ 'ਤੇ ਵਰਕ ਹੈ ਗਾਈਜ਼, ਦੇਖ ਸਕਦੇ ਹੋ। ਵਾਈਟ ਕਲਰ ਦਾ ਸੂਟ ਹੈ, ਚੱਕ ਕਿੰਨਾ ਪਿਆਰਾ ਡਿਜ਼ਾਇਨ ਹੈ। ਸਫਾਈ ਦੇਖੋ ਗਾਈਜ਼, ਬਹੁਤ ਸਫਾਈ ਹੈ। ਜੇਕਰ ਤੁਸੀਂ ਇਹਨਾਂ ਡਿਜ਼ਾਇਨਾਂ ਨੂੰ ਇਹੀ ਸੂਟਾਂ ਨੂੰ ਆਰਡਰ ਕਰਨਾ ਚਾਹੁੰਦੇ, ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਵਟਸਐਪ ਨੰਬਰ ਮਿਲ ਜੂਗਾ, ਇੰਸਟਾਗ੍ਰਾਮ 'ਤੇ ਵੀ ਤੁਹਾਨੂੰ ਲਿੰਕ ਮਿਲ ਜੂਗਾ, ਤੁਸੀਂ ਕਿਤੇ ਵੀ ਜਾ ਕੇ ਸਾਨੂੰ ਮੈਸੇਜ ਕਰ ਸਕਦੇ, ਤੁਹਾਨੂੰ ਮਿਲ ਜੂਗਾ। ਜੇਕਰ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾ ਚਾਹੁੰਦੇ, ਤੁਸੀਂ ਕਲਰ ਦੱਸ ਸਕਦੇ ਸਾਨੂੰ ਸੂਟਾਂ ਦਾ, ਐਂਡ ਆਪਣੀ ਆਪਣਾ ਨਾਪ, ਲੰਬਾਈ, ਘੇਰਾ, ਚਾਕ ਵਗੈਰਾ ਦੱਸ ਕੇ ਸਾਨੂੰ ਸਾਡੇ ਤੋਂ ਸੂਟ ਤਿਆਰ ਕਰਵਾ ਸਕਦੇ ਹੋ। ਇਹ ਗਾਈਜ਼ ਰੈਡੀਮੇਡ ਨਾਲੋਂ ਬਹੁਤ ਪਿਆਰੇ, ਬਹੁਤ ਵਧੀਆ ਸਫਾਈ ਨਾਲ, ਸਫਾਈ ਵਾਲੇ ਸੂਟ ਨੇ ਗਾਈਜ਼, ਰੈਡੀਮੇਡ ਵਰਗੇ ਸੂਟ ਨਹੀਂ ਹੈਗੇ। ਦੇਖੋ ਗਾਈਜ਼ ਕਿੰਨੇ ਪਿਆਰਾ ਵਰਕ ਹੈ, ਸਫਾਈ ਬਹੁਤ ਸੋਹਣੀ ਹੈ। ਜੇਕਰ ਇਹਨਾਂ ਦੀਆਂ ਬਾਜੂ 'ਤੇ ਵੀ ਅਸੀਂ ਵਰਕ ਕਰਦੇ ਹਾਂ ਗਾਈਜ਼, ਬਾਜੂ 'ਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ, ਪੋਂਚਿਆਂ 'ਤੇ ਵੀ ਵਰਕ ਕਰਵਾ ਸਕਦੇ ਹੋ ਗਾਈ। ਆਪਣੇ ਰੂਟੀਨ ਵਗੈਰਾ 'ਚ ਕਿਸ ਤਰ੍ਹਾਂ ਵੀ ਪਾਈ ਚੱਲੋ, ਕਢਾਈ ਕੋਈ ਕੰਪਲੇਂਟ ਨਹੀਂ ਆਊਗੀ, ਕਢਾਈ ਕੋਈ ਖਰਾਬ ਨਹੀਂ ਹੁੰਦੀ। ਕੱਪੜਾ ਤੁਹਾਡਾ ਖਰਾਬ ਹੋ ਜੂ, ਪਰ ਕਢਾਈ ਨਹੀਂ ਖਰਾਬ ਹੋਣੀ ਗਾਈਜ਼। ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਕਲਰ ਨੇ, ਬਹੁਤ ਸੋਹਣਾ ਵਰਕ ਹੈ ਗਾਈਜ਼। ਇਹ ਚਾਰ ਡਿਜ਼ਾਇਨ ਨੇ ਗਾਈਜ਼, ਅਲੱਗ ਅਲੱਗ ਡਿਜ਼ਾਇਨ ਨੇ, ਅਤੇ ਵਾਈਟ ਕਲਰ ਦਾ ਸੂਟਾਂ ਦਾ ਵੀ ਗਾਈਜ਼। ਇਸ ਤੋਂ ਬਾਅਦ ਗਾਈਜ਼ ਆ ਗਿਆ ਇੱਕ ਚਾਕਾਂ ਵਾਲਾ ਘੇਰਾ, ਚਾਕਾਂ ਕੱਟ ਵਰਕ ਹੈ, ਘੇਰੇ 'ਤੇ ਚਾਕਾਂ ਦੇ ਕੱਟ ਵਰਕ ਹੈ, ਦੋ ਫਲਾਵਰ ਬਣਾਏ ਨੇ ਗਾਈਜ਼, ਬਹੁਤ ਹੀ ਸੋਹਣੇ ਫਲਾਵਰ ਨੇ, ਬਹੁਤ ਪਿਆਰੇ ਫਲਾਵਰ ਨੇ, ਦੇਖ ਸਕਦੇ ਹੋ। ਇੱਕ ਤਾਂ ਘੇਰੇ ਦੇ ਬਿਲਕੁਲ ਸੈਂਟਰ 'ਚ ਆਏਗਾ, ਅਤੇ ਇੱਕ ਆਏਗਾ ਉੱਪਰ ਜਿੱਥੇ ਚਾਕ ਹੁੰਦੇ ਨੇ ਗਾਈਜ਼। ਦੇਖੋ ਇਹ ਵੀ ਤਿੰਨ ਸੂਟ ਨੇ, ਅਲੱਗ ਅਲੱਗ ਕਲਰ ਨੇ ਸਾਰਿਆਂ ਦੇ, ਕਲਰ ਕੰਟਰਾਸਟ ਬਹੁਤ ਸੋਹਣੇ ਨੇ। ਸੂਟ ਦੇ ਅਕੋਰਡਿੰਗ ਗਾਈਜ਼ ਕਲਰ ਕੰਟਰਾਸਟ ਲਗਾਉਂਦੇ ਹਾਂ, ਜਾਂ ਕਸਟਮਰ ਨੂੰ ਜਿੱਦਾਂ ਦਾ ਚਾਹੀਦਾ ਕਲਰ ਉੱਦਾਂ ਦਾ ਵੀ ਲਗਾ ਦਿੰਦੇ ਹਾਂ ਗਾਈਜ਼। ਕਹਿੰਦਾ ਮਤਲਬ ਹੈਗਾ ਜੀ, ਤੁਸੀਂ ਆਪਣੇ ਪਲੇਨ ਸੂਟਾਂ ਨੂੰ ਕਢਾਈ ਕਰਵਾ ਕੇ ਇੱਦਾਂ ਇੰਨਾ ਸੋਹਣਾ ਬਣਾ ਸਕਦੇ ਹੋ ਕਿ ਕਿਸੇ ਵੀ ਫੰਕਸ਼ਨ 'ਚ ਜਾਓਗੇ ਤਾਂ ਤੁਹਾਡੀ ਤਾਰੀਫ ਹੀ ਹੋਊਗੀ। ਦੇਖੋ ਇਸ ਤੋਂ ਬਾਅਦ ਗਾਈਜ਼ ਨੈਕਸਟ ਡਿਜ਼ਾਈਨ ਹੈ, ਦੇਖੋ ਗਾਈਜ਼ ਫਲਾਵਰ ਨੇ, ਬਿਲਕੁਲ ਗੁਲਾਬ ਦੇ ਫਲਾਵਰ ਨੇ, ਗੁਲਾਬ ਦੇ ਫੁੱਲ ਨੇ ਗਾਈਜ਼, ਘੱਟੋ ਘੱਟ ਘੇਰੇ 'ਤੇ ਗਲੇ ਤੱਕ ਬਣੇ ਹੋਏ ਨੇ ਗਾਈਜ਼, ਘੱਟੋ ਘੱਟ 6 ਤੋਂ 7 ਫੁੱਲ ਬਣਦੇ ਨੇ ਗਾਈਜ਼, ਦੇਖ ਸਕਦੇ ਹੋ ਕਿੰਨੇ ਪਿਆਰੇ ਲੱਗ ਰਹੇ ਨੇ। ਵਾਈਟ ਅਤੇ ਬਲੈਕ ਦਾ ਕੰਬੀਨੇਸ਼ਨ ਹੈ ਗਾਈਜ਼, ਸਫਾਈ ਦੇਖੋ ਗਾਈਜ਼। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਅਤੇ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਔਡਰ ਕਰਨਾ ਚਾਹੁੰਦੇ ਤਾਂ ਸਾਨੂੰ ਇੰਸਟਾਗ੍ਰਾਮ